ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੀ ਅੱਜ ਬੜੀ ਹੀ ਵੱਡੀ ਉਪਲਬਧੀ ਦੇ ਬਾਰੇ ਵਿੱਚ ਅਸੀਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇੰਨਾ ਕੁ ਜਜ਼ਬਾ ਦਿੱਤਾ ਹੋਇਆ ਹੈ। ਜੰਮਦੇ ਸਾਰ ਹੀ ਸਿੱਖਾਂ ਵਿੱਚ ਐਡੀ ਸੂਰਬੀਰਤਾ ਭਰੀ ਹੁੰਦੀ ਹੈ ਕਿ ਦੁਨੀਆਂ ਭਰ ਦੇ ਸਾਇੰਟਿਸਟ ਵੀ ਇਸ ਗੱਲ ਨੂੰ ਕਬੂਲ ਕਰਦੇ ਹਨ ਕਿ ਸਿੱਖਾਂ ਦੇ ਵਿੱਚ ਯੋਧੇ ਹੀ ਪੈਦਾ ਹੁੰਦੇ ਹਨ। ਇਸੇ ਗੱਲ ਨੂੰ ਪੂਰਨ ਰੂਪ ਵਿੱਚ ਬਿਆਨ ਕਰਦੀ ਹੈ ਸਾਡੀ ਅੱਜ ਦੀ ਘਟਨਾ। ਆਓ ਸ਼ੁਰੂ ਕਰਦੇ ਹਾਂ। ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਿੱਦੜਾ ਤੋਂ ਲੋਕਾਂ ਨੂੰ ਸ਼ੇਰ ਬਣਾਇਆ ਤੇ ਸਿੱਖਾਂ ਨੂੰ ਬੇਅੰਤ ਹੀ ਆਸਤਰਾ ਸ਼ਸਤਰਾਂ ਦਾ ਖਜ਼ਾਨਾ ਬਖਸ਼ਿਆ। ਵੈਸੇ ਤਾਂ ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਆਪਣੇ ਕੋਲ ਪੰਜ ਸ਼ਸਤਰ ਹਰ ਵੇਲੇ ਰੱਖਣ ਦੇ ਹੁਕਮ ਹਨ, ਜਿਵੇਂ ਕਿ ਕਿਰਪਾਨ, ਕੋਹੜਾ, ਤੀਓ ਤਫੰਗੋ ਭਾਵ ਤੀਰ ਤੇ ਬੰਦੂਕ, ਵੱਡੋ ਰਾਮ ਜੰਗੋ ਅਰਥਾਤ ਛੋਟੀਆਂ ਤੋਪਾਂ। ਪਰ ਸਮੇਂ ਦੇ ਬਦਲਾਵ ਦੇ ਨਾਲ ਅੱਜ ਕੱਲ ਦੇ ਸਿੱਖ ਗੁਰੂ ਸਾਹਿਬ ਜੀ ਵੱਲੋਂ ਬਖਸ਼ੇ ਹੋਏ ਇਹਨਾਂ ਸ਼ਾਸਤਰਾਂ ਦੀ ਮਹਾਨਤਾ ਨੂੰ ਨਹੀਂ ਸਮਝਦੇ। ਫਿਰ ਵੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਆ ਹੋਇਆ ਅੰਮ੍ਰਿਤ ਜਦੋਂ ਸਿੰਘਾਂ ਨੂੰ ਛਕਾਇਆ ਜਾਂਦਾ ਹੈ ਤਾਂ ਹਰ ਸਿੱਖ ਨੂੰ ਇਹ ਹੁਕਮ ਹੈ ਕਿ ਉਹ ਆਪਣੇ ਕੋਲ ਛੋਟੀ ਕਿਰਪਾਨ ਦਾ ਜ਼ਰੂਰ ਰੱਖਣ। ਇਹ ਕਿਰਪਾਨ ਗਊ ਗਰੀਬ ਦੀ ਰਾਖੀ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹਰ ਵੇਲੇ ਆਪਣੇ ਕੋਲ ਰੱਖਦਾ ਹੈ। ਸਦਾ ਦੀ ਸਾਥਣ ਇਹ ਕਿਰਪਾਨ ਮੁੱਢ ਤੋਂ ਹੀ ਸਿੰਘਾਂ ਦੀ ਰੱਖਿਆ ਕਰਦੀ ਆ ਰਹੀ ਹੈ ਔਰ ਕਰਦੀ ਹੀ ਰਹੇਗੀ। ਅਜਿਹੀ ਹੀ ਘਟਨਾ ਇੱਕ ਚੀਨੀਆਂ ਦੇ ਨਾਲ ਗਿਲਬਾਨ ਦੇ ਇਲਾਕੇ ਦੇ ਵਿੱਚ ਘਟੀ ਜੋ ਇੱਕ ਸਿੱਖ ਫੌਜੀ ਦੇ ਨਾਲ ਵਾਪਰੀ। ਸ਼ਾਇਦ ਤੁਸੀਂ ਇਸ ਬਾਰੇ ਸੁਣਿਆ ਵੀ ਹੋਵੇ, ਪਰ ਇਸ ਵਿੱਚ ਜੋ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਉਸ ਨੂੰ ਡੀਪਲੀ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਚੀਨੀ ਫੌਜੀ ਦੇ ਨਾਲ ਲੜ ਕੇ ਆਏ ਸੁਰਿੰਦਰ ਸਿੰਘ ਨੇ ਉਸ ਰਾਤ ਆਪਣੇ ਪਰਿਵਾਰ ਨੂੰ ਹੌਸਪੀਟਲ ਦੇ ਵਿੱਚੋਂ ਫੋਨ ਕਰਦੇ ਹੋਏ ਆਖਿਆ ਕਿ ਸਾਡੀ ਚੀਨੀ ਫੌਜੀਆਂ ਦੇ ਨਾਲ ਲੜਾਈ ਹੋਈ ਹੈ। ਜਿਸ ਵਿੱਚ ਸੁਰਿੰਦਰ ਸਿੰਘ ਜੀ ਨੇ ਦੱਸਿਆ ਕਿ ਚੀਨੀ ਫੌਜੀਆਂ ਦੀ ਗਿਣਤੀ 2000 ਤੋਂ 2500 ਦੇ ਤੱਕ ਸੀ ਔਰ ਸਾਡੀ ਗਿਣਤੀ ਕੇਵਲ ਤੇ ਕੇਵਲ 300-400 ਸਿਪਾਹੀਆਂ ਦੀ ਸੀ। ਇਸ ਝੜਪ ਵਿੱਚ ਸੁਰਿੰਦਰ ਸਿੰਘ ਨੇ ਕਿਵੇਂ ਚੀਨੀਆਂ ਦਾ ਮੁਕਾਬਲਾ ਕੀਤਾ ਔਰ ਬਚ ਕੇ ਨਿਕਲਿਆ, ਇਸ ਗੱਲ ਬਾਰੇ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਜ਼ਖਮੀ ਹੋ ਗਿਆ ਹੈ ਔਰ ਲੇਹ ਦੇ ਹਸਪਤਾਲ ਦੇ ਵਿੱਚ ਦਾਖਲ ਹੈ। ਉਹ ਦੱਸਦੇ ਹਨ ਕਿ ਸਾਡੇ ਉੱਪਰ ਚੀਨੀ ਫੌਜੀਆਂ ਨੇ ਹਮਲਾ ਕਰ ਦਿੱਤਾ ਸੀ, ਜਿਨ੍ਹਾਂ ਕੋਲ ਡੰਡੇ ਦੇ ਉੱਪਰ ਤਾਰਾਂ ਲਪੇਟੀਆਂ ਹੋਈਆਂ ਵਾਲੇ ਡੰਡੇ ਸਨ, ਜਿਨ੍ਹਾਂ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਔਰ ਸਾਡੇ ਉੱਪਰ ਉਹਨਾਂ ਨੇ ਪੱਥਰ ਵੀ ਚਲਾਏ, ਜਦਕਿ ਸਾਡੇ ਕੋਲ ਉਸ ਟਾਈਮ ਕੁਝ ਵੀ ਨਹੀਂ ਸੀ। ਸਾਡੀ ਉਹਨਾਂ ਦੇ ਨਾਲ ਹੱਥੋਂ ਪਾਈ ਹੋਈ ਔਰ ਅਸੀਂ ਮਸੀਹ ਬਚ ਕੇ ਉਸ ਜਗ੍ਹਾ ਤੋਂ ਆਏ। ਅੱਗੇ ਉਹ ਦੱਸਦੇ ਹਨ, ਅੱਗੇ ਉਹਨਾਂ ਨੇ ਆਪਣੀ ਪਤਨੀ ਨੂੰ ਦੱਸਦੇ ਹੋਏ ਕਿਹਾ ਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖਸ਼ੀ ਹੋਈ ਸ੍ਰੀ ਸਾਹਿਬ ਜੋ ਹਰ ਵੇਲੇ ਉਹਨਾਂ ਦੇ ਨਾਲ ਰਹਿੰਦੀ ਹੈ, ਉਸ ਨਾਲ ਉਹਨਾਂ ਨੇ ਚੀਨੀਆਂ ਦਾ ਮੁਕਾਬਲਾ ਕੀਤਾ ਔਰ ਉੱਥੋਂ ਬਚ ਕੇ ਬਾਹਰ ਆਏ। ਪਰ ਅੱਜ ਦੇ ਯੁੱਗ ਵਿੱਚ ਅਪਗ੍ਰੇਡ ਹੋਏ ਸਾਡੇ ਸਿੱਖ ਭਰਾ ਇਹ ਕਹਿੰਦੇ ਹਨ ਕਿ ਅੱਜ ਵਿਚਾਰਾਂ ਦੀ ਜੰਗ ਹੈ, ਹਥਿਆਰਾਂ ਦੀ ਨਹੀਂ, ਔਰ ਦੂਜੇ ਪਾਸੇ ਕਹਿੰਦੇ ਹਨ ਕਿ ਇਹ ਸ੍ਰੀ ਸਾਹਿਬ ਕੀ ਕਰੇਗੀ ਜਿੱਥੇ ਲੜਾਈ ਬੰਦੂਕਾਂ ਦੇ ਨਾਲ ਹੋਵੇਗੀ। ਪਰ ਕਲਗੀਧਰ ਪਿਤਾ ਜੀ ਨੇ ਕੋਈ ਸੋਚ ਕੇ ਹੀ ਇਹ ਹਥਿਆਰ ਦਿੱਤੇ ਹਨ ਔਰ ਭਾਰਤੀ ਫੌਜ ਦੇ ਜਵਾਨ ਵੀ ਭਾਰਤੀ ਫੌਜ ਵੱਲੋਂ ਕਹੇ ਅਨੁਸਾਰ ਵਿਚਾਰ ਹੀ ਕਰਨ ਗਏ ਸਨ ਔਰ ਨਿਹੱਥੇ ਗਏ ਸਨ। ਔਰ ਜਿਹੜੇ ਕਹਿੰਦੇ ਹਨ ਕਿ ਹਥਿਆਰਾਂ ਦੀ ਨਹੀਂ ਵਿਚਾਰ ਦੀ ਜੰਗ ਹੈ, ਤਾਂ ਉਹਨਾਂ ਨੂੰ ਬੇਨਤੀ ਹੈ ਕਿ ਉਹ ਚੀਨ ਦੇ ਬਾਰਡਰ ਦੇ ਉੱਪਰ ਜਾ ਕੇ ਉੱਥੇ ਵਿਚਾਰ ਕਿਉਂ ਨਹੀਂ ਕਰਦੇ। ਅੱਗੇ ਉਹ ਦੱਸਦੇ ਹਨ ਕਿ ਉਹਨਾਂ ਦਾ ਇੱਕ ਸਾਥੀ ਜਿਸ ਕੋਲ ਕਿਰਪਾਨ ਸੀ, ਉਸਨੇ ਆਪਣੇ ਕਿਰਪਾਨ ਦੇ ਨਾਲ 5-6 ਚੀਨੀ ਮਾਰ ਦਿੱਤੇ ਔਰ ਫਿਰ ਉਹ ਦੋ ਚੀਨੀ ਜੋ ਪਿੱਛੋਂ ਦੀ ਹਮਲਾ ਕਰਨ ਲੱਗੇ ਸੀ ਉਹਨਾਂ ਦੋਨਾਂ ਨੂੰ ਫੜ ਕੇ ਉਹਨਾਂ ਨੇ ਉੱਥੋਂ ਬਰਫ਼ ਦੇ ਪਹਾੜ ਤੋਂ ਗਲੇਸ਼ੀਅਰ ਤੋਂ ਛਾਲ ਮਾਰ ਦਿੱਤੀ ਅਤੇ ਉਹ ਦੋਨੇ ਬੰਦਿਆਂ ਨੂੰ, ਦੋਨੇ ਚੀਨੀ ਫੌਜੀਆਂ ਨੂੰ ਲੈ ਕੇ ਨਾਲ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਸਾਥੀ ਨੇ ਸਿਰਫ ਆਪਣੀ ਕਿਰਪਾਨ ਦੇ ਨਾਲ ਹੀ ਕੋਈ 8-10 ਚੀਨੀ ਸਿਪਾਹੀਆਂ ਨੂੰ
ਮਾਰ ਗਿਰਾਇਆ। ਪਰ ਅੱਜ ਕੱਲ ਦਾ ਮੀਡੀਆ ਸਿੱਖਾਂ ਦੀ ਸ਼ਹੀਦੀ ਔਰ ਸਿੱਖਾਂ ਦੀ ਬਹਾਦਰੀ ਚੈਨਲ ਦੇ ਉੱਪਰ ਨਹੀਂ ਦਿਖਾਉਂਦਾ, ਜਦਕਿ ਸਿੱਖਾਂ ਨੇ ਭਾਰਤ ਦੇ ਇਤਿਹਾਸ ਦੇ ਵਿੱਚ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਇਆ ਉਦੋਂ ਵੀ ਪੰਜਾਬੀਆਂ ਨੇ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਭਗਤ ਸਿੰਘ ਨੇ ਸ਼ਹੀਦੀ ਦਿੱਤੀ, ਪਰ ਉਸ ਤੋਂ ਪਹਿਲਾਂ ਕਈ ਪੰਜਾਬ ਦੇ ਵਿੱਚ ਲਹਿਰਾਂ ਚੱਲੀਆਂ, ਜਿਸ ਕਾਰਨ ਅੰਗਰੇਜ਼ਾਂ ਨੂੰ ਆਪਣਾ ਹਾਰ ਮੰਨਣੀ ਪਈ ਔਰ ਜਲਿਆਂਵਾਲੇ ਬਾਗ ਵਿੱਚ ਕਿੰਨੇ ਹੀ ਲੋਕ ਸ਼ਹੀਦ ਹੋਏ। ਉਸ ਤੋਂ ਬਾਅਦ ਪਾਕਿਸਤਾਨ ਔਰ ਭਾਰਤ ਦੀ ਵੰਡ ਦੇ ਸਮੇਂ ਵੀ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਸੈਕਿੰਡ ਵਰਲਡ ਵਾਰ ਵਿੱਚ ਵੀ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਨਿਭਾਇਆ, ਇਹ ਬ੍ਰਿਟਿਸ਼ ਸਰਕਾਰ ਵੀ ਮੰਨਦੀ ਹੈ, ਜਿਸ ਕਾਰਨ ਦੁਨੀਆ ਭਰ ਦੇ ਲੋਕ ਸਿੱਖਾਂ ਦੀ ਈਨ ਮੰਨਦੇ ਹਨ। ਪਰ ਜੋ ਬਹਾਦਰੀ ਭਰੇ ਕੰਮ ਸਿੱਖ ਫੌਜ ਵਿੱਚ ਕਰਦੇ ਹਨ ਉਹਨਾਂ ਨੂੰ ਖੁੱਲ੍ਹ ਕੇ ਨਹੀਂ ਦਿਖਾਇਆ ਜਾਂਦਾ, ਜਦਕਿ ਬਹੁਤ ਸਾਰੇ ਸਿੱਖ ਰੋਜ਼ਾਨਾ ਹੀ ਫੌਜ ਵਿੱਚ ਸ਼ਹੀਦ ਹੁੰਦੇ ਹਨ ਔਰ ਕਈ ਸਿੱਖ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਉਹਨਾਂ ਦਾ ਮਿਲਦਾ ਹੋਇਆ ਸਨਮਾਨ ਵੀ ਸ਼ਹੀਦ ਤੋਂ ਬਾਅਦ ਨਹੀਂ ਮਿਲਦਾ। ਇਹ ਕੁਛ ਟਾਈਮ ਪਹਿਲਾਂ ਦੀ ਘਟਨਾ ਅਜਿਹੀ ਹੀ ਹੋਈ, ਜਿਸ ਵਿੱਚ ਇੱਕ ਸਿੱਖ ਲੜਕਾ ਜੋ ਨਿਊ ਹੀ ਭਰਤੀ ਹੋਇਆ ਸੀ ਉਸ ਨੂੰ ਉਸਦਾ ਸ਼ਹੀਦੀ ਤੋਂ ਬਾਅਦ ਵੀ ਜੋ ਸਨਮਾਨ ਮਿਲਦਾ ਸੀ ਉਹ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਛੋਟੀ ਕਿਰਪਾਨ ਦੀ ਸਹਾਇਤਾ ਦੇ ਨਾਲ ਹੀ ਇੱਕ ਸਿੱਖ ਫੌਜੀ ਨੇ ਔਰ ਉਹਨਾਂ ਦੇ ਸਾਥੀਆਂ ਨੇ ਕਈ ਚੀਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਔਰ ਉਹਨਾਂ ਦੇ ਵਿੱਚ ਜੋ ਇੱਕ ਚੀਨੀ ਉਹਨਾਂ ਦਾ ਸੂਬੇਦਾਰ ਸੀ ਉਸ ਦੀ ਧੌਣ ਲਾ ਕੇ ਫੌਜੀ ਆਪਣੇ ਕੁਆਟਰ ਦੇ ਵਿੱਚ ਲੈ ਆਏ ਔਰ ਆਪਣੇ ਦੇਸ਼ ਦੇ ਝੰਡੇ ਉਸ ਜਗ੍ਹਾ ਤੇ ਗੱਡ ਦਿੱਤੇ, ਜਿਸ ਕਾਰਨ ਭਾਰਤ ਦੇ ਜਨਰਲ ਔਰ ਉਸ ਯੂਨਿਟ ਦੇ ਕਮਾਂਡਰ ਨੇ ਉਹਨਾਂ ਨੂੰ ਸ਼ਾਬਾਸ਼ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੀ ਅੱਜ ਬੜੀ ਹੀ ਵੱਡੀ ਉਪਲਬਧੀ ਦੇ ਬਾਰੇ ਵਿੱਚ ਅਸੀਂ ਅੱਜ ਇਸ ਵੀਡੀਓ ਵਿੱਚ ਗੱਲ ਕਰਾਂਗੇ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇੰਨਾ ਕੁ ਜਜ਼ਬਾ ਦਿੱਤਾ ਹੋਇਆ ਹੈ। ਜੰਮਦੇ ਸਾਰ ਹੀ ਸਿੱਖਾਂ ਵਿੱਚ ਐਡੀ ਸੂਰਬੀਰਤਾ ਭਰੀ ਹੁੰਦੀ ਹੈ ਕਿ ਦੁਨੀਆ ਭਰ ਦੇ ਸਾਇੰਟਿਸਟ ਵੀ ਇਸ ਗੱਲ ਨੂੰ ਕਬੂਲ ਕਰਦੇ ਹਨ ਕਿ ਸਿੱਖਾਂ ਦੇ ਵਿੱਚ ਯੋਧੇ ਹੀ ਪੈਦਾ ਹੁੰਦੇ ਹਨ। ਇਸੇ ਗੱਲ ਨੂੰ ਪੂਰਨ ਰੂਪ ਵਿੱਚ ਬਿਆਨ ਕਰਦੀ ਹੈ ਸਾਡੀ ਅੱਜ ਦੀ ਘਟਨਾ, ਆਓ ਸ਼ੁਰੂ ਕਰਦੇ ਹਾਂ। ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਿੱਦੜਾ ਤੋਂ ਲੋਕਾਂ ਨੂੰ ਸ਼ੇਰ ਬਣਾਇਆ ਤੇ ਸਿੱਖਾਂ ਨੂੰ ਬੇਅੰਤ ਹੀ ਆਸਤਰਾ ਸ਼ਸਤਰਾਂ ਦਾ ਖਜ਼ਾਨਾ ਬਖਸ਼ਿਆ। ਵੈਸੇ ਤਾਂ ਹਰ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਆਪਣੇ ਕੋਲ ਪੰਜ ਸ਼ਸਤਰ ਹਰ ਵੇਲੇ ਰੱਖਣ ਦੇ ਹੁਕਮ ਹਨ, ਜਿਵੇਂ ਕਿ ਕਿਰਪਾਨ, ਕੋਹੜਾ, ਤੀਓ ਤਫੰਗੋ ਭਾਵ ਤੀਰ ਤੇ ਬੰਦੂਕ, ਵੱਡੋ ਰਾਮ ਜੰਗੋ ਅਰਥਾਤ ਛੋਟੀਆਂ ਤੋਪਾਂ। ਪਰ ਸਮੇਂ ਦੇ ਬਦਲਾਵ ਦੇ ਨਾਲ ਅੱਜ ਕੱਲ੍ਹ ਦੇ ਸਿੱਖ ਗੁਰੂ ਸਾਹਿਬ ਜੀ ਵੱਲੋਂ ਬਖਸ਼ੇ ਹੋਏ ਇਹਨਾਂ ਸ਼ਾਸਤਰਾਂ ਦੀ ਮਹਾਨਤਾ ਨੂੰ ਨਹੀਂ ਸਮਝਦੇ। ਫਿਰ ਵੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਆ ਹੋਇਆ ਅੰਮ੍ਰਿਤ ਜਦੋਂ ਸਿੰਘਾਂ ਨੂੰ ਛਕਾਇਆ ਜਾਂਦਾ ਹੈ ਤਾਂ ਹਰ ਸਿੱਖ ਨੂੰ ਇਹ ਹੁਕਮ ਹੈ ਕਿ ਉਹ ਆਪਣੇ ਕੋਲ ਛੋਟੀ ਕਿਰਪਾਨ ਦਾ ਜ਼ਰੂਰ ਰੱਖਣ। ਇਹ ਕਿਰਪਾਨ ਗਊ ਗਰੀਬ ਦੀ ਰਾਖੀ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਹਰ ਵੇਲੇ ਆਪਣੇ ਕੋਲ ਰੱਖਦਾ ਹੈ। ਸਦਾ ਦੀ ਸਾਥਣ ਇਹ ਕਿਰਪਾਨ ਮੁੱਢ ਤੋਂ ਹੀ ਸਿੰਘਾਂ ਦੀ ਰੱਖਿਆ ਕਰਦੀ ਆ ਰਹੀ ਹੈ ਔਰ ਕਰਦੀ ਹੀ ਰਹੇਗੀ। ਅਜਿਹੀ ਹੀ ਘਟਨਾ ਇੱਕ ਚੀਨੀਆਂ ਦੇ ਨਾਲ ਗਿਲਬਾਨ ਦੇ ਇਲਾਕੇ ਦੇ ਵਿੱਚ ਘਟੀ ਜੋ ਇੱਕ ਸਿੱਖ ਫੌਜੀ ਦੇ ਨਾਲ ਵਾਪਰੀ। ਸ਼ਾਇਦ ਤੁਸੀਂ ਇਸ ਬਾਰੇ ਸੁਣਿਆ ਵੀ ਹੋਵੇ, ਪਰ ਇਸ ਵਿੱਚ ਜੋ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਉਸ ਨੂੰ ਡੀਪਲੀ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਚੀਨੀ ਫੌਜੀ ਦੇ ਨਾਲ ਲੜ ਕੇ ਆਏ ਸੁਰਿੰਦਰ ਸਿੰਘ ਨੇ ਉਸ ਰਾਤ ਆਪਣੇ ਪਰਿਵਾਰ ਨੂੰ ਹੌਸਪੀਟਲ ਦੇ ਵਿੱਚੋਂ ਫੋਨ ਕਰਦੇ ਹੋਏ ਆਖਿਆ ਕਿ ਸਾਡੀ ਚੀਨੀ ਫੌਜੀਆਂ ਦੇ ਨਾਲ ਲੜਾਈ ਹੋਈ ਹੈ, ਜਿਸ ਵਿੱਚ ਸੁਰਿੰਦਰ ਸਿੰਘ ਜੀ ਨੇ ਦੱਸਿਆ ਕਿ ਚੀਨੀ ਫੌਜੀਆਂ ਦੀ ਗਿਣਤੀ 2000 ਤੋਂ 2500 ਦੇ ਤੱਕ ਸੀ ਔਰ ਸਾਡੀ ਗਿਣਤੀ ਕੇਵਲ ਤੇ ਕੇਵਲ 300-400 ਸਿਪਾਹੀਆਂ ਦੀ ਸੀ। ਇਸ ਝੜਪ ਵਿੱਚ ਸੁਰਿੰਦਰ ਸਿੰਘ ਨੇ ਕਿਵੇਂ ਚੀਨੀਆਂ ਦਾ ਮੁਕਾਬਲਾ ਕੀਤਾ ਔਰ ਬਚ ਕੇ ਨਿਕਲਿਆ, ਇਸ ਗੱਲ ਬਾਰੇ ਦੱਸਦੇ ਹੋਏ ਉਹਨਾਂ ਨੇ ਕਿਹਾ
ਕਿ ਉਹ ਜ਼ਖਮੀ ਹੋ ਗਿਆ ਹੈ ਔਰ ਲੇਹ ਦੇ ਹਸਪਤਾਲ ਦੇ ਵਿੱਚ ਦਾਖਲ ਹੈ। ਉਹ ਦੱਸਦੇ ਹਨ ਕਿ ਸਾਡੇ ਉੱਪਰ ਚੀਨੀ ਫੌਜੀਆਂ ਨੇ ਹਮਲਾ ਕਰ ਦਿੱਤਾ ਸੀ, ਜਿਨ੍ਹਾਂ ਕੋਲ ਡੰਡੇ ਦੇ ਉੱਪਰ ਤਾਰਾਂ ਲਪੇਟੀਆਂ ਹੋਈਆਂ ਵਾਲੇ ਡੰਡੇ ਸਨ, ਜਿਨ੍ਹਾਂ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਔਰ ਸਾਡੇ ਉੱਪਰ ਉਹਨਾਂ ਨੇ ਪੱਥਰ ਵੀ ਚਲਾਏ, ਜਦਕਿ ਸਾਡੇ ਕੋਲ ਉਸ ਟਾਈਮ ਕੁਝ ਵੀ ਨਹੀਂ ਸੀ। ਸਾਡੀ ਉਹਨਾਂ ਦੇ ਨਾਲ ਹੱਥੋਂ ਪਾਈ ਹੋਈ ਔਰ ਅਸੀਂ ਮਸੀਹ ਬਚ ਕੇ ਉਸ ਜਗ੍ਹਾ ਤੋਂ ਆਏ। ਅੱਗੇ ਉਹ ਦੱਸਦੇ ਹਨ, ਅੱਗੇ ਉਹਨਾਂ ਨੇ ਆਪਣੀ ਪਤਨੀ ਨੂੰ ਦੱਸਦੇ ਹੋਏ ਕਿਹਾ ਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ